एक सीनियर कॉन्सटेबल हरविंदर सिंह की डैथ हुई है। सानू इनफॉर्मेशन मिली सी कोर्ट कॉम्पलैक्स SBS नगर तो कि एक मुलाजम की उत्थे डैथ हो गई है। तो असी इमीडिएटली उत्थे पहुँच के सारा उत्थे वेरीफाई किया है। तो बॉडी नू सिविल हॉस्पिटल शिफ्ट कर दिता गया, उन्हां दी फैमिली नू इनफॉर्म कर दिता है। तो बाकी सारे फैक्ट्स हले असी वेरीफाई कर रहे हैं। जिदे सारे फैक्ट्स वेरीफाई हो जाएंगे तो अकॉर्डिंगली ब्रीफिंग दी जाएगी। सीनियर कॉन्सटेबल पोस्टेड सी पोजेवाल थाने। हाँ जी, वो ड्यूटी ते आए हुए सी, पेशी ड्यूटी ते। थैंक यू। ਸਾਡੇ ਇੱਕ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ ਦੀ ਡੈਥ ਹੋਈ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੋਰਟ ਕੰਪਲੈਕਸ SBS ਨਗਰ ਤੋਂ ਕਿ ਇੱਕ ਮੁਲਾਜ਼ਮ ਦੀ ਉੱਥੇ ਡੈਥ ਹੋ ਗਈ ਹੈ। ਅਤੇ ਅਸੀਂ ਇਮੀਡੀਏਟਲੀ ਉੱਥੇ ਪਹੁੰਚ ਕੇ ਸਾਰਾ ਉੱਥੇ ਵੈਰੀਫਾਈ ਕੀਤਾ ਹੈ। ਅਤੇ ਬਾਡੀ ਨੂੰ ਸਿਵਲ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ, ਉਹਨਾਂ ਦੀ ਫੈਮਿਲੀ ਨੂੰ ਇਨਫੋਰਮ ਕਰ ਦਿੱਤਾ ਹੈ। ਅਤੇ ਬਾਕੀ ਸਾਰੇ ਫੈਕਟਸ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ। ਜਿੱਦੇ ਸਾਰੇ ਫੈਕਟਸ ਵੈਰੀਫਾਈ ਹੋ ਜਾਣਗੇ ਅਤੇ ਅਕੋਰਡਿੰਗਲੀ ਬਰੀਫਿੰਗ ਦਿੱਤੀ ਜਾਏਗੀ। ਸੀਨੀਅਰ ਕਾਂਸਟੇਬਲ ਪੋਸਟਡ ਸੀ ਪੋਜੇਵਾਲ ਥਾਣੇ। ਹਾਂਜੀ, ਉਹ ਡਿਊਟੀ 'ਤੇ ਆਏ ਹੋਏ ਸੀ, ਪੇਸ਼ੀ ਡਿਊਟੀ 'ਤੇ। ਥੈਂਕ ਯੂ। ਸਾਡੇ ਇੱਕ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ ਦੀ ਡੈਥ ਹੋਈ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੋਰਟ ਕੰਪਲੈਕਸ SBS ਨਗਰ ਤੋਂ ਕਿ ਇੱਕ ਮੁਲਾਜ਼ਮ ਦੀ ਉੱਥੇ ਡੈਥ ਹੋ ਗਈ ਹੈ। ਅਤੇ ਅਸੀਂ ਇਮੀਡੀਏਟਲੀ ਉੱਥੇ ਪਹੁੰਚ ਕੇ ਸਾਰਾ ਉੱਥੇ ਵੈਰੀਫਾਈ ਕੀਤਾ ਹੈ। ਅਤੇ ਬਾਡੀ ਨੂੰ ਸਿਵਲ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ, ਉਹਨਾਂ ਦੀ ਫੈਮਿਲੀ ਨੂੰ ਇਨਫੋਰਮ ਕਰ ਦਿੱਤਾ ਹੈ। ਅਤੇ ਬਾਕੀ ਸਾਰੇ ਫੈਕਟਸ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ। ਜਿੱਦੇ ਸਾਰੇ ਫੈਕਟਸ ਵੈਰੀਫਾਈ ਹੋ ਜਾਣਗੇ ਅਤੇ ਅਕੋਰਡਿੰਗਲੀ ਬਰੀਫਿੰਗ ਦਿੱਤੀ ਜਾਏਗੀ। ਸੀਨੀਅਰ ਕਾਂਸਟੇਬਲ ਪੋਸਟਡ ਸੀ ਪੋਜੇਵਾਲ ਥਾਣੇ। ਹਾਂਜੀ, ਉਹ ਡਿਊਟੀ 'ਤੇ ਆਏ ਹੋਏ ਸੀ, ਪੇਸ਼ੀ ਡਿਊਟੀ 'ਤੇ। ਥੈਂਕ ਯੂ।